ਜੋ ਅਸੀਂ ਗੱਲ ਕਰਦੇ ਜਾਈਏ, ਜਦ ਵਿਕਾਸ ਯਾਦਵ ਦਾ ਨਾਮ ਆਇਆ ਸੀ ਪਹਿਲੀ ਵਾਰੀ, ਉਦੋਂ ਤੁਸੀਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀ, ਪੂਰੀ ਪੂਰੀ ਜਿਹੜੀ ਉਸਦੀ ਦੱਸੀ ਸੀਗੀ ਵੀ ਉਹਦੇ ਤੇ ਕਿਹੜੇ ਕਿਹੜੇ ਜਿਹੜੇ ਦੋਸ਼ ਆ ਉਹ ਲਾਏ ਗਏ ਆ, ਤੇ ਕੱਲ FBI ਨੇ ਤਿੰਨ ਭਾਸ਼ਾਵਾਂ ਦੇ ਵਿੱਚ ਜਿਹੜਾ ਵਿਕਾਸ ਯਾਦਵ ਆ ਲੜੀਂਦਾ ਆ, ਗੁਰਪਤਵੰਤ ਪੰਨੂ ਦੀ ਜਿਹੜੀ ਕਤਲ ਰਚਣ ਦੀ ਜਿਹੜੀ ਸਾਜਿਸ਼ ਆ ਉਸ ਦੇ ਵਿੱਚ ਉਸ ਦੇ ਜਿਹੜੇ ਪੋਸਟਰ ਜਾਰੀ ਕੀਤੇ ਆ, ਵਾਂਟਿਡ ਦੇ ਜਿਹੜੇ ਪੋਸਟਰ ਜਿਹੜੇ ਜਾਰੀ ਕੀਤੇ ਆ। ਸੋ ਵਿਕਾਸ ਅਮਾਨਤ ਕਰਕੇ ਇਸਦੇ ਜਿਹੜੇ ਉਪਨਾਮ ਆ, 1984 ਦਾ ਕਹਿੰਦੇ ਵੀ ਇਸਦਾ ਜਨਮ ਆ ਜਿਹੜੀ ਵਰਤੀ ਗਈ ਉਹਦੀ ਜਨਮ ਆ, ਪ੍ਰਾਣਪੁਰਾ ਹਰਿਆਣਾ ਭਾਰਤ ਦਾ ਆ, ਅਤੇ 175 ਪਾਉਂਡ ਆ, ਭਾਰਤੀ ਕਹਿੰਦੇ ਨਾਗਰਿਕ ਆ। ਵਿਕਾਸ ਯਾਦਵ ਕਹਿੰਦੇ ਸੰਯੁਕਤ ਰਾਜ ਅਮਰੀਕਾ ਦੀ ਧਰਤੀ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਵਕੀਲ ਤੇ ਭਾਰਤੀ ਮੂਲ ਦੇ ਰਾਜਨੀਤਿਕ ਕਾਰਕੁਨ ਦੀ ਹੱਤਿਆ ਦੀ ਸਾਜਿਸ਼ ਨੂੰ ਕਥਿਤ ਤੌਰ ਤੇ ਨਿਰਦੇਸ਼ਿਤ ਕਰਨ ਦੇ ਆਰੋਪ ਵਿੱਚ ਲੜਿੰਦਾ ਆ। ਸੋ ਉਹਨਾਂ ਨੇ ਪੂਰਾ ਜਿਹੜਾ ਪੈਰਾ ਇਸ ਦੇ ਵਿੱਚ ਲਿਖਿਆ ਆ, $15,000 ਕਹਿੰਦੇ ਨੇ ਨਕਦ ਨਾਮ ਜਿਹੜਾ ਨਕਦ ਆ ਉਹ ਦੇਣ ਲਈ ਇੱਕ ਸਹਿਯੋਗੀ ਦਾ ਪ੍ਰਬੰਧ ਕੀਤਾ ਸੀ, ਉਹ ਨਿਖਿਲ ਗੁਪਤਾ ਸੀਗਾ। ਨਿਖਿਲ ਗੁਪਤਾ ਨੇ ਬਾਅਦ ਦੇ ਵਿੱਚ ਉਹ ਕਿਸੇ ਅੰਡਰਕਵਰ ਏਜੰਟ ਨੂੰ ਜਿਹੜੇ ਉਹ ਡਾਲਰ ਦਿੱਤੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਨਿਖਿਲ ਗੁਪਤੇ ਦਾ ਨਾਮ ਆਇਆ ਸੀ, ਸਾਹਮਣੇ ਆਇਆ ਸੀ, ਤੇ ਫਿਰ ਉਸਨੂੰ ਚੈੱਕ ਰਿਪਬਲਿਕ ਚੋਂ ਫੜ ਲਿਆ ਗਿਆ ਸੀਗਾ। ਇਸ ਟਾਈਮ ਭਾੜੇ ਤੇ ਕਤਲ ਕਰਨ ਦੀ ਸਾਜਿਸ਼ ਤੇ ਮਨੀ ਲਾਂਡਰਿੰਗ ਦੀ ਸਾਜਿਸ਼, ਇਹਨਾਂ ਤਿੰਨ ਮਾਮਲਿਆਂ ਦੇ ਵਿੱਚ ਇਹ ਲੜਿੰਦਾ ਹੈਗਾ ਆ। ਤੇ ਇਸ ਨੂੰ ਹਰਜੋਤ ਸਿੰਘ ਜੀ, FBI ਨੇ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਦੇ ਵਿੱਚ ਤੇ ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜੀ ਹਿੰਦੀ ਦੇ ਵਿੱਚ ਵੀ ਜਿਹੜਾ ਆ ਉਹ ਪ੍ਰਕਾਸ਼ਿਤ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਚੀਜ਼ ਇਸ ਟਾਈਮ ਆਪਣੇ ਜਿਹੜੀ ਉਹ ਸਾਹਮਣੇ ਆਈ ਹੈਗੀ ਆ ਵੀ ਉਹਨਾਂ ਦੇ ਦੁਆਰਾ ਵਿਕਾਸ ਯਾਦਵ ਦੀ ਜਿਹੜੀ ਲੋੜਿੰਦਾ ਹੋਣ ਵਾਲੀ ਗੱਲ ਆ ਉਸ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਆ। ਸੋ ਬਿਲਕੁਲ, ਉਹਦਾ ਜਾਣ ਬੁੱਝ ਕੇ ਭਾਰਤੀ ਸਰਕਾਰ ਨੇ ਇੱਕ ਉਹਦੇ ਤੇ ਕੇਸ ਵੀ ਪਾਇਆ ਆ ਤੇ ਉਹਦੀ ਕੋਰਟ ਚ ਪੇਸ਼ੀ ਸੀ। ਉਹ ਇਸ ਕਰਕੇ ਆ, ਉਹ ਐਗਜੈਕਟਲੀ ਜਿਸ ਟਾਈਮ ਤੇ ਘਟਨਾ ਵਾਪਰੀ ਸੀ ਉਦੋਂ ਵੀ ਬੜਾ ਡਿਟੇਲ ਚ ਦੱਸਿਆ ਸੀ। ਤਿੰਨਾਂ ਦਿਨਾਂ ਬਾਅਦ ਇਹਨੂੰ ਜਿਹੜਾ ਡਿਸਮਿਸ ਕਰਕੇ ਇਹਦੇ ਤੇ ਕੇਸ ਪਾਇਆ ਸੀ। ਸੋ ਉਹ ਕੋਰਟ ਦੀ ਹੀਅਰਿੰਗ ਦੇ ਵਿੱਚ ਉਸਨੇ ਕਿਹਾ ਵੀ ਮੈਂ ਹਾਜ਼ਰ ਨਹੀਂ ਹੋ ਸਕਦਾ ਇੰਡੀਆ ਦੇ ਵਿੱਚ, ਵੀ ਮੇਰੀ ਲਾਈਫ ਨੂੰ ਜਿਹੜਾ ਖਤਰਾ ਹੈਗਾ ਆ। ਸੋ ਕਿੱਥੇ ਲੁਕੋਇਆ ਆ, FBI ਨੇ ਜਿਹੜਾ ਇਹ ਵਾਂਟਡ ਲਿਸਟ ਦੇ ਵਿੱਚ ਉਹਦੇ ਜਿਹੜੇ ਪੋਸਟਰ ਆ ਜਾਰੀ ਕੀਤੇ ਆ। ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਆ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਕਿੱਥੇ ਹੈਗਾ ਆ ਤੇ ਇਹਦੀ ਜਿਹੜੀ ਟਿਪ ਆ ਉਹ ਮਿਲ ਸਕੇ, ਤੇ ਜਿਹੜੀ ਅਮਰੀਕਾ ਦੀ ਸਰਕਾਰ ਆ ਇਸ ਨੂੰ ਚੱਕ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਨਿਖਿਲ ਗੁਪਤੇ ਨੂੰ ਲਿਆਂਦਾ ਇੱਥੇ ਲਿਆ ਸਕੇ। ਹਰਜੋਤ ਸਿੰਘ ਜੀ, ਉਹ ਅਜੇ ਤਾਂ ਅਨਮੋਲ ਬਿਸ਼ਨੋਈ ਵਾਲੀ ਗੱਲ ਦਾ ਵੀ ਕੋਈ ਅਜੇ ਤੱਕ ਪਤਾ ਨਹੀਂ ਜਿਹੜਾ ਉਹ ਲੱਗਾ। ਇਹ ਵੀ ਹੋ ਸਕਦਾ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਹੀ ਨਾ ਰੱਖਿਆ ਹੋਵੇ, ਇੱਦਾਂ ਦੇ ਬੰਦੇ ਇਕੱਠੇ ਹੀ ਰੱਖਦੇ ਆ ਭਾਰਤ ਵਾਲੇ। ਸੋ ਵਰਤ ਕੇ ਜਿਹੜੇ ਉਹ ਵੈਸੇ ਵੀ ਉਹ ਸੁੱਟ ਦਿੱਤੇ ਜਾਂਦੇ ਆ, ਤੇ ਨਾਲ ਦੇ ਨਾਲ ਹੁਣ ਇਹ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆ। ਸੋ ਪੰਜਾਬੀ ਵਾਲਾ ਜਿਹੜੇ ਦੇਖ ਰਹੇ ਸੀਗੇ ਉਹਨਾਂ ਨੂੰ ਅਸੀਂ ਦਿਖਾਇਆ ਆ, ਤੇ ਹਿੰਦੀ ਵਾਲਾ ਪੋਸਟਰ ਵੀ ਜਿਹੜਾ ਉਹਨਾਂ ਨੂੰ ਦਿਖਾ ਦਿੰਦੇ ਆ ਜਿਹੜਾ FBI ਨੇ ਪ੍ਰਕਾਸ਼ਿਤ ਕੀਤਾ ਹੈ। ਸੋ ਵਿਕਾਸ ਯਾਦਵ ਦਾ ਭਾੜੇ ਤੇ ਹੱਤਿਆ ਕਰਨ ਦੀ ਸਾਜਿਸ਼ ਤੇ ਜਿਹੜਾ ਮਨੀ ਲਾਂਡਰਿੰਗ ਆ ਉਹ ਮਾਮਲੇ ਦੇ ਵਿੱਚ ਜਿਹੜਾ ਇਹ ਲੜਿੰਦਾ ਆ। FBI ਜਿਹੜਾ ਇਸ ਦੀ ਭਾਲ ਜਿਹੜੀ ਉਹ ਕਰ ਰਹੀ ਆ, ਤੇ ਜੇ ਭਾਰਤ ਵਿੱਚ ਜਿਹੜਾ ਕੋਈ ਸੁਣ ਰਿਹਾ ਆ, ਪੰਜਾਬ ਵਿੱਚ ਸੁਣ ਰਿਹਾ ਆ, ਹਰਿਆਣੇ ਦਾ ਉੱਦਾਂ ਇਹ ਹੈਗਾ ਆ ਨਿਵਾਸੀ, ਤੇ ਹੁਣ ਪਤਾ ਨਹੀਂ ਕਿੱਥੇ, ਜਿੱਦਾਂ ਤੁਸੀਂ ਕਿਹਾ ਵੀ ਲੁਕਾ ਕੇ ਰੱਖਿਆ ਹੋਊਗਾ, ਤੇ ਕਹਿੰਦੇ ਵੀ ਜੇ ਕਿਸੇ ਨੂੰ ਵੀ ਪਤਾ ਲੱਗਦਾ ਹੈ ਤੇ ਜਲਦ ਤੋਂ ਜਲਦ ਜਿਹੜੀ ਅਮੈਰੀਕਨ ਅੰਬੈਸੀ ਆ ਉੱਥੇ ਇੰਡੀਆ ਦੇ ਵਿੱਚ ਉਹਦੇ ਨਾਲ ਕੰਸਲਟ ਕਰੋ ਤੇ ਉਹਨਾਂ ਨੂੰ ਜਿਹੜਾ ਤੁਸੀਂ
ਟਿਪ ਦੇ ਉੱਤੇ ਕਾਲ ਕਰ ਸਕਦੇ ਆ। ਬਿਲਕੁਲ, ਅਮਰੀਕਾ ਦੇ ਵਿੱਚ ਵੀ ਜਿਹੜੇ FBI ਆ ਉਸ ਨੂੰ ਜਿਹੜਾ ਆ ਕਿਸੇ ਵੀ ਆਫਿਸ ਤੇ ਕਾਲ ਕੀਤਾ ਜਾ ਸਕਦਾ ਹੈ। ਜੀ।